ਅਸ਼ੀ ਗਾਇਸ ਆਰਮ ਕੀ ਹਾਲ ਚਾਲ ਐਂਡ ਵੈਲਕਮ ਬੈਕ ਟੂ ਅਨਦਰ ਵਲੌਗ ਗਾਇਸ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ ਅੱਜ ਗਾਇਸ ਹੈਗਾ ਆ ਮੰਡੇ ਮੰਡੇ ਮੈਂ ਲੱਗਿਆ ਉਬਰ ਕਰਨ ਐਜ ਯੂਜੂਅਲ ਤੇ ਅੱਜ ਆਪਾਂ ਕੀ ਕਰਨਾ ਕਿ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਕਿੰਨੇ ਕਿੰਨੇ ਮਤਲਬ ਹਰ ਟ੍ਰਿਪ ਬਾਈ ਟ੍ਰਿਪ ਡਿਟੇਲ ਦੱਸਾਂਗੇ ਕਿੰਨੀ ਟ੍ਰਿਪ ਕਿੰਨੇ ਦੀ ਲੱਗੀ ਹੈ ਹਨਾ ਤੇ ਕਿੰਨਾ ਹੁਣ ਫਿਊਲ ਆ ਤੇ ਕਿੰਨਾ ਸ਼ਾਮ ਤੋਂ ਫਿਊਲ ਪੈਣਾ ਆ ਕਿੰਨਾ ਸਾਰਾ ਖਰਚਾ ਸਭ ਕੁਝ ਕੱਢ ਕੇ ਤੇ ਨੈੱਟ ਤੁਹਾਨੂੰ ਕਿੰਨਾ ਕੁ ਬਚਦਾ ਆ ਉਹ ਆਪਾਂ ਅੱਜ ਬਣਾਵਾਂਗੇ ਵੀਡੀਓ ਸੋ ਵਲੌਗ ਨੂੰ ਪੂਰਾ ਵੇਖਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਵੇਂ ਦਾ ਲੱਗਾ ਸੀ ਹੁਣ ਮੈਂ ਚੱਲਦਾ ਅਬਾਊਟ 8 ਵਜੇ ਚੱਲੇ ਆ ਗਾਇਸ ਹੁਣ ਮੈਂ ਲੱਗਿਆ ਕੰਮ ਸ਼ੁਰੂ ਕਰਨ ਸੋ ਆਪਾਂ ਹੁਣ ਸ਼ੁਰੂ ਕਰਦੇ ਆ ਤੇ ਅਬਾਊਟ ਤੁਸੀਂ ਵੇਖ ਲਓ ਅਬਾਊਟ $20 ਦਾ ਗੈਸ ਅਜੇ ਆਪਣੀ ਗੱਡੀ 'ਚ ਹੈਗਾ ਆ 375 miles ਤੇ ਟਾਈਮ ਹੋ ਗਿਆ 7:48 ਅਬਾਊਟ 8 ਵਜੇ ਚੱਲੇ ਆ ਸੋ ਆਹ ਵੀਕ ਐਕਚੁਲੀ ਗਾਇਸ ਆ ਵੀਕਐਂਡ ਤੇ ਹੈਗਾ ਆ ਮੈਮੋਰੀਅਲ ਡੇ ਤੇ ਮੈਮੋਰੀਅਲ ਡੇ ਕੀ ਹੁੰਦਾ ਕਿ ਅਮਰੀਕਾ 'ਚ ਜਿੰਨੇ ਵੀ ਸੋਲਜਰ ਸ਼ਹੀਦ ਹੋਏ ਹੁੰਦੇ ਆ ਨਾ ਵਰਲਡ ਵਾਰ 'ਚ 1 'ਚ ਜਿੱਦਾਂ ਹੋਏ ਸੀ ਤੇ ਉਹਨਾਂ ਦੀ ਯਾਦ 'ਚ ਇਹ ਮਤਲਬ ਮੈਮੋਰੀਅਲ ਡੇ ਮਨਾਉਂਦੇ ਆ ਸੋ ਉਹ ਮੈਮੋਰੀਅਲ ਡੇ ਉਹਨੂੰ ਕਹਿੰਦੇ ਆ ਤੇ ਮੈਮੋਰੀਅਲ ਡੇ ਹੈਗਾ ਆ ਮੰਡੇ ਤੇ ਉਹ ਲੌਂਗ ਵੀਕਐਂਡ ਆ ਰਿਹਾ ਆ ਸੈਟਰਡੇ ਸੰਡੇ ਤੇ ਮੰਡੇ ਦੀ ਵੀ ਛੁੱਟੀ ਆ ਸੋ ਇਸ ਕਰਕੇ ਹੋ ਸਕਦਾ ਵੀ ਕੰਮ ਅੱਜ ਸਲੋ ਹੋਵੇ ਜਾਂ ਪੂਰਾ ਵੀਕ ਸਲੋ ਜਾਵੇ ਬਟ ਕੋਈ ਨਹੀਂ ਵੇਖਦੇ ਆ ਕੀ ਬਣਦਾ ਹਨਾ ਤੇ ਹੁਣ ਮੈਂ ਲੱਗਿਆ ਉਬਰ ਸ਼ੁਰੂ ਕਰਨ ਸੋ ਮਿਲਦੇ ਆ ਗਾਇਸ ਫਿਰ ਲਓ ਵੀ ਗਾਇਸ ਪਹਿਲੀ ਰਾਈਡ ਸਾਨੂੰ ਪੈ ਗਈ ਆ ਸੈਨ ਫ੍ਰਾਂਸਿਸਕੋ ਜਿਹੜੀ ਸਿਟੀ 'ਚ ਜਾਣੀ ਆ ਅਤੇ ਅਬਾਊਟ $42 ਦੀ ਪਈ ਆ ਸੋ ਹੁਣ ਮੈਂ ਚੱਲਿਆ ਸਿਟੀ ਸੋ ਮਿਲਦੇ ਆ ਫਿਰ ਉੱਥੇ ਜਾ ਕੇ ਸੋ ਇੱਥੋਂ ਗਾਇਸ ਆਪਾਂ ਆਪਣੀ ਰਾਈਡ ਚੱਕਣੀ ਆ ਹੁਣ ਹੋਲੀਡੇ ਇਨ ਹੋਟਲ 'ਚੋਂ ਜਿਹੜੀ ਜਾਣੀ ਆ ਸੈਨ ਫ੍ਰਾਂਸਿਸਕੋ ਸਿਟੀ ਟਾਈਮ ਗਲਤ ਸ਼ੋਅ ਕਰ ਰਿਹਾ ਇੱਥੇ ਦੇਖੋ ਤੁਸੀਂ 8 ਵਜੇ ਆ ਜੇ ਘੜੀ ਗਲਤ ਆ ਬਈ ਇਹ ਕੀ ਦੱਸ ਰਹੀ ਹੈ 7:30 ਵਜਾ ਰਹੀ ਹੈ ਇਹ ਤਾਂ ਜੀ ਸੋ ਗਾਇਸ ਹੁਣ ਮੈਂ ਇੱਥੇ ਰਾਈਡ ਲਾਤੀ ਆ ਜਿਹੜੀ ਸੈਨ ਫ੍ਰਾਂਸਿਸਕੋ ਸਿਟੀ ਆਉਣੀ ਸੀ ਅਤੇ ਉਹ ਫੈਰੀ 'ਤੇ ਗਏ ਆ ਇੱਥੇ ਬੋਟ ਰਾਈਡ 'ਤੇ ਜਾਣੇ ਹੋਣੇ ਕਿਤੇ ਅਲਕਾਟਰਾਜ਼ ਜਿਹੜਾ ਆਈਲੈਂਡ ਹੈਗਾ ਨਾ ਉੱਥੇ ਜਾਣਾ ਉਹਨਾਂ ਨੇ ਸੋ ਟੂਰਿਸਟ ਸੀਗੇ ਅਤੇ ਬਾਕੀ ਟਾਈਮ ਹੋ ਗਿਆ 9:18 9:20 ਹੋ ਗਏ ਆ ਆਲਮੋਸਟ ਅਤੇ ਹੁਣ ਆਪਾਂ ਦੇਖਦੇ ਹਾਂ ਜੇ ਇੱਥੇ ਕੋਈ ਰਾਈਡ ਪੈਂਦੀ ਆ ਬਾਕੀ ਇੱਥੇ ਇੱਦਾਂ ਤਾਂ ਮੈਂ ਹੁਣ ਘੁੰਮਣ ਆ ਕਿ ਕੋਈ ਰਾਈਡ ਪੈ ਜੇ ਸੋ ਫਿਰ ਜੇ ਕੋਈ ਰਾਈਡ ਪੈਂਦੀ ਆ ਤਾਂ ਫਿਰ ਮਿਲਦੇ ਹਾਂ ਗਾਈਸ ਚੈੱਕ ਕਰੋ ਗਾਈਸ ਕਿੱਡੀ ਵੱਡੀ ਆ ਸ਼ਿਪ ਜੀ ਖੜੀ ਆ ਹੈ ਨਾ ਇੱਧਰ ਵੇਖੋ ਗਾਈਸ ਇਹ ਸਭ ਪੀਅਰ ਬਣੇ ਆ ਇੱਥੇ ਪੀਅਰ 39 38 ਹੈ ਨਾ ਬੋਟ ਰਾਈਡ ਵਾਲੇ ਆ ਸਾਰੇ ਇਹ ਸੋ ਇੱਥੇ ਹੁਣ ਗਾਇਸ ਮੈਂ ਸਿਟੀ 'ਚ ਪਾਰਕ ਲਾ ਲਈ ਹੈ ਸਾਈਡ 'ਤੇ ਕਿਨਾਰੇ ਪਾਰਕ ਜੀ ਮਿਲੀ ਸੀ ਵਿੱਚ ਹੀ ਤੁਹਾਨੂੰ ਬਹਿਣਾ ਪੈਣਾ ਅਗਰ ਤੁਸੀਂ ਗੱਡੀ ਇੱਥੇ ਛੱਡ ਕੇ ਜਾਂਦੇ ਹੋ ਤਾਂ ਗੱਡੀ ਜਾਂ ਟੋ ਹੋ ਜਾਣੀ ਆ ਅਤੇ ਜਾਂ ਟਿਕਟ ਤੁਹਾਨੂੰ ਮਿਲ ਜਾਣੀ ਆ ਬਟ ਅਗਰ ਤੁਸੀਂ ਜਿੰਨਾ ਚਿਰ ਗੱਡੀ ਦੇ ਵਿੱਚ ਹੀ ਹੋ ਉਨਾ ਚਿਰ ਤੁਸੀਂ ਇੱਥੇ ਗੱਡੀ ਲਾ ਸਕਦੇ ਹੋ ਲੋਡਿੰਗ ਜ਼ੋਨ ਆ ਤਾਂ ਕਰਕੇ ਸੋ ਉੱਦਾਂ ਸਿਟੀ 'ਚ ਪਾਰਕਿੰਗ ਲੱਭਣੀ ਔਖਾ ਹੀ ਕੰਮ ਆ ਸੋ ਹੁਣ ਮੈਂ ਇੱਥੇ ਵੇਟ ਕਰਨ ਆ ਕੋਈ ਰਾਈਡ ਪੈ ਜੇ ਸੋ ਇੱਥੋਂ ਗਾਇਸ ਰਾਈਡ ਪੈ ਗਈ ਸਾਨੂੰ ਰਿਚਮੌਂਡ ਸਿਟੀ ਵੱਲ ਦੀ ਸੋ ਰਿਚਮੌਂਡ ਸਿਟੀ ਹੈਗੀ ਆ ਬੜਕਲੇ ਤੋਂ ਅੱਗੇ ਸੋ ਹੁਣ ਮੈਨੂੰ ਉੱਧਰ ਦੀ ਰਾਈਡ ਪਈ ਆ ਅਬਾਊਟ $30 ਦੀ ਅਤੇ ਉਹ ਵਿੱਚ ਟੋਲ ਐਡ ਹੋ ਕੇ ਅਬਾਊਟ $37 ਦੀ ਇਹ ਰਾਈਡ ਪੈ ਜਾਣੀ ਆ ਸੋ ਹੁਣ ਮੈਂ ਇਹ ਰਾਈਡ ਚੱਕਰ ਲਗਾਇਆ ਅਤੇ ਫਿਰ ਜਦੋਂ ਇਹ ਰਾਈਡ ਕੰਪਲੀਟ ਕਰਾਂਗੇ ਉੱਥੋਂ ਫਿਰ ਆਪਾਂ ਵਲੌਗ ਕੰਟੀਨਿਊ ਕਰਾਂਗੇ ਸੋ ਟਾਈਮ ਹੋ ਗਿਆ ਗਾਇਸ 9:32 ਮੈਂ ਚੱਕਣ ਜਾਣ ਆ ਆਪਣੀ ਰਾਈਡ ਜਿਹੜੀ ਜਾਣੀ ਆ ਰਿਚਮੌਂਡ ਅਤੇ ਚੜ੍ਹਾਈ ਵੇਖੋ ਕਿੰਨੀ ਆ ਸਿਟੀ 'ਚ ਸਿਟੀ ਜਿਹੜੀ ਆ ਸੈਨ ਫ੍ਰਾਂਸਿਸਕੋ ਸਿਟੀ ਉਹ ਬਣੀ ਪਹਾੜ ਦੇ ਉੱਤੇ ਆ ਸੋ ਇੱਦਾਂ ਦੇਖੋ ਹੁਣ ਕਿੰਨੀ ਉਚਾਈ ਆ ਸੋ ਗਾਇਸ ਇੱਥੇ ਹੁਣ ਮੈਂ ਰਿਚਮੌਂਡ ਪਹੁੰਚ ਗਿਆ ਅਤੇ ਇੱਥੇ ਮੈਂ ਰਾਈਡ ਹੈ ਜਿੱਥੇ ਲਾਈ ਆ ਹੋਸਪਿਟਲ ਆ ਇੱਥੇ ਮੈਂ ਸਾਈਡ 'ਤੇ ਹੁਣ ਪਾਰਕ ਲਾ ਲਈ ਆ ਗੱਡੀ ਅਤੇ ਵੇਖਦੇ ਹਾਂ ਜਿਵੇਂ ਇੱਥੇ ਕੋਈ ਰਾਈਡ ਪੈਂਦੀ ਆ ਤਾਂ ਮੈਂ ਡੈਸਟੀਨੇਸ਼ਨ ਤਾਂ ਉੱਦਾਂ ਪਾਈ ਆ ਸੈਨ ਫ੍ਰਾਂਸਿਸਕੋ ਏਅਰਪੋਰਟ ਦੀ ਗਾਇਸ ਇੱਥੇ ਹੁਣ ਮੈਂ ਵੇਟ ਕਰਨਿਆ ਸੀ ਰਿਚਮੌਂਡ ਹੈ ਨਾ ਛੋਟੀਆਂ ਮੋਟੀਆਂ ਗੱਲਾਂ ਪੈਂਦੀਆਂ ਰਹੀਆਂ ਉਹ ਮੈਂ ਇਗਨੋਰ ਕਰਦਾ ਰਿਹਾ ਕੱਟਦਾ ਰਿਹਾ ਅਤੇ ਫਿਰ ਮੈਨੂੰ ਹੁਣ ਰਾਈਡ ਪਈ ਆ ਸੈਨ ਫ੍ਰਾਂਸਿਸਕੋ ਏਅਰਪੋਰਟ ਦੀ ਸੋ ਅਬਾਊਟ $36 ਦੀ ਰਾਈਡ ਆ
ਤੇ 7 ਡਾਲਰ ਟੋਲ ਆ ਐਂਡ ਟੋਲ ਤਾਂ ਉਦਾਂ ਪੇ ਕਰਨਾ ਪੈਣਾ ਚਲੋ ਬਟ ਉਹਨਾਂ ਨੇ ਫਿਰ ਵੀ ਸਾਨੂੰ ਦੇ ਦੇਣਾ ਆ ਸੋ ਅਬਾਊਟ 36 ਡਾਲਰ ਦੀ ਇਹ ਰਾਈਡ ਆ ਸੋ ਹੁਣ ਆਪਾਂ ਉੱਥੇ ਚੱਲਦੇ ਹਾਂ ਸੋ ਮੈਂ ਉਹ ਰਾਈਡ ਚੱਕਣ ਚੱਲੇ ਹਾਂ ਸੋ ਮਿਲਦੇ ਹਾਂ ਫਿਰ ਗਾਈਸ ਸੋ ਗਾਈਸ ਸੈਨ ਫਰਾਂਸਿਸਕੋ ਏਅਰਪੋਰਟ ਤੇ ਜਿਹੜੀ ਮੈਂ ਰਾਈਡ ਲਈ ਸੀ ਉੱਥੋਂ ਫਿਰ ਮੈਂ ਕਿਊ 'ਚ ਗਿਆ ਅਤੇ ਕਿਊ 'ਚ ਮੈਨੂੰ ਰਾਈਡ ਪੈ ਗਈ ਇੱਧਰ ਮੈਲੋ ਪਾਰਕ ਦੀ ਅਬਾਊਟ 20 ਡਾਲਰ ਦੀ ਸੀਗੀ ਅਤੇ ਵਧੀਆ ਪੈਸੇ ਬਣ ਗਏ ਕੰਮ ਬਿਜ਼ੀ ਰਿਹਾ ਸਹੀ ਰਿਹਾ ਬਾਕੀ ਸਵੇਰ ਦੀ ਗੱਲ ਦੱਸਦਾ ਤੁਹਾਨੂੰ ਜਦੋਂ ਮੈਂ ਤੜਕੇ ਆਪਣੀ ਪਹਿਲੀ ਰਾਈਡ ਚੱਕੀ ਸੀ ਨਾ ਜਦੋਂ ਮੈਂ ਸਿਟੀ ਆਉਣੇ ਸੈਨ ਫਰਾਂਸਿਸਕੋ ਅਤੇ 101 ਹਾਈਵੇ ਪੈਂਦਾ ਆ ਅਤੇ ਉੱਥੇ ਨਾ ਬਹੁਤ ਤਕੜਾ ਐਕਸੀਡੈਂਟ ਹੋਇਆ ਸੀਗਾ 3 ਜਣਿਆਂ ਦੀ ਉੱਥੇ ਮੌਤ ਹੋ ਚੁੱਕੀ 3 ਜਣੇ ਮੌਤ ਹੋ ਗਈ ਅਤੇ 5 ਜਣੇ ਇੰਜਰਡ ਹੋਏ ਬਹੁਤ ਤਕੜਾ ਐਕਸੀਡੈਂਟ ਸੀਗਾ ਲਾਸਟ ਨਾਈਟ ਹੀ ਹੋਇਆ ਐਕਚੁਲੀ ਕਹਿੰਦੇ ਸਵੇਰੇ ਸਵੇਰੇ ਮੋਰਨਿੰਗ 'ਚ ਹੀ ਹੋਇਆ ਵਾ A pickup truck hitting the center median after losing control on 101 northbound. This then caused a chain reaction and additional crashes, according to CHP. ਕਿ ਬਹੁਤ ਬੁਰਾ ਆ ਯਾਰ ਹਨਾ ਕਿਸੇ ਨਾਲ ਵੀ ਇੱਦਾਂ ਨਹੀਂ ਹੋਣਾ ਚਾਹੀਦਾ ਅਤੇ ਇਹੀ ਆ ਕਿ ਯਾਰ ਅਸੀਂ ਵੀ ਕੰਮ ਕਰਦੇ ਹਾਂ ਪੂਰਾ ਦਿਹਾੜੀ ਹਨਾ ਮਤਲਬ ਗੱਡੀ 'ਤੇ ਕਰੀਦਾ ਆ ਸੋ ਬਹੁਤ ਕੇਅਰਫੁੱਲ ਹੋ ਕੇ ਗੱਡੀ ਚਲਾਉਣੀ ਪੈਂਦੀ ਆ ਅਤੇ ਹਰੇਕ ਨੂੰ ਮੇਰੀ ਵੀ ਇਹੀ ਐਡਵਾਈਸ ਆ ਵੀ ਕੇਅਰਫੁੱਲ ਹੋ ਕੇ ਗੱਡੀ ਚਲਾਓ ਹਨਾ ਗੱਡੀ ਕੋਈ ਪਤਾ ਨਹੀਂ ਤੁਹਾਡੇ ਨਾਲ ਕੀ ਕਦੋਂ ਹੋ ਸਕਦਾ ਬਾਕੀ ਵਾਹਿਗੁਰੂ ਨੂੰ ਪਤਾ ਹਨਾ ਅਤੇ ਹਮੇਸ਼ਾ ਗੱਡੀ ਜ਼ਿੰਮੇਵਾਰੀ ਨਾਲ ਚਲਾਉਣੀ ਚਾਹੀਦੀ ਆ ਕਿਉਂਕਿ ਬਾਕੀ ਜਦੋਂ ਜੋ ਹੋਣਾ ਉਹ ਤਾਂ ਹੋਣਾ ਹੀ ਹੋਣਾ ਬਟ ਫਿਰ ਵੀ ਐਟਲੀਸਟ ਸਾਡਾ ਫਰਜ਼ ਬਣਦਾ ਹਨਾ ਵੀ ਕੋਸ਼ਿਸ਼ ਕਰੀਏ ਵਧੀਆ ਮਤਲਬ ਜ਼ਿੰਮੇਵਾਰੀ ਨਾਲ ਕੋਈ ਵੀ ਹਰ ਕੋਈ ਵੀ ਕੰਮ ਕਰੋ ਜ਼ਿੰਮੇਵਾਰੀ ਨਾਲ ਕਰੋ ਬਾਕੀ ਉਹ ਵਾਹਿਗੁਰੂ ਯਾਰ ਰੱਖਦਾ ਹਮੇਸ਼ਾ ਹਨਾ ਅਤੇ ਚੱਲੀ ਜਾਂਦਾ ਸਭ ਆਪਣੀ ਕੋਸ਼ਿਸ਼ ਕਰਨੇ ਆ ਵਧੀਆ ਕਿਉਂਕਿ ਡਾਲਰ ਸੌਖੇ ਨਹੀਂ ਬਣਦੇ ਡਾਲਰ ਐਵੇਂ ਹੀ ਬਣਦੇ ਆ ਪੂਰੀ ਦਿਹਾੜੀ ਆਪਣੀ ਜਾਨ ਮਤਲਬ ਰਿਸਕ 'ਤੇ ਹੀ ਹੁੰਦੀ ਆ ਵੀ ਗੱਡੀ ਵੀ ਚਲਾਉਂਦੇ ਹਾਂ ਨਾ ਕੋਈ ਪਤਾ ਨਹੀਂ ਕਦੋਂ ਕਿਸੇ ਨੇ ਆ ਕੇ ਤੁਹਾਨੂੰ ਠੋਕ ਜਾਣਾ ਹੈ ਨਾ ਅਤੇ ਕਿਹੜੇ ਵੇਲੇ ਕਿਹੜੀ ਰਾਈਡ ਤੁਹਾਡੀ ਲਾਸਟ ਹੋ ਜਾਣੀ ਹੈ ਨਾ ਅਤੇ ਵਾਹਿਗੁਰੂ ਨੂੰ ਪਤਾ ਆ ਹਰੇਕ ਨੂੰ ਲੱਗਦਾ ਵੀ ਡਾਲਰ ਈਜ਼ੀ ਬਣ ਜਾਂਦੇ ਬਟ ਈਜ਼ੀ ਨਹੀਂ ਬਣਦੇ ਯਾਰ ਬਹੁਤ ਟਾਈਮ ਲੱਗਦਾ ਹੈ ਨਾ ਪੂਰੀ ਪੂਰੀ ਦਿਹਾੜੀ ਤੁਹਾਨੂੰ ਲਾਉਣੀ ਪੈਂਦੀ ਆ ਆਪ ਸੋਚ ਕੇ ਵੇਖੋ ਪੂਰੀ ਦਿਹਾੜੀ ਪੂਰਾ ਵੀਕ ਅਸੀਂ ਇਹੀ ਕੰਮ ਕਰੀ ਜਾਈਦਾ ਮਤਲਬ ਕਹਿੰਦੇ ਨਾ ਤੁਸੀਂ ਕੋਈ ਵੀ ਕਦੇ ਕੋਈ ਕੰਮ ਕਰਕੇ ਵੇਖਿਓ ਹਮੇਸ਼ਾ ਤੁਸੀਂ ਬੋਰ ਹੋ ਜਾਓਗੇ ਹੈ ਨਾ ਬੋਰ ਬੰਦਾ ਹੋ ਜਾਂਦਾ ਵਾ ਬਟ ਸਾਡਾ ਕੀ ਆ ਅਸੀਂ ਬੋਰ ਹੋਈਦਾ ਇਹ ਨਹੀਂ ਕਿ ਅਸੀਂ ਬੋਰ ਨਹੀਂ ਹੁੰਦੇ ਬਟ ਅਸੀਂ ਆਪਣਾ ਮਨ ਮਾਰ ਕੇ ਲੱਗੇ ਰਹੀਦਾ ਸੋ ਇੱਦਾਂ ਹੁੰਦਾ ਸਾਰਾ ਕੁਛ ਅਤੇ ਇੱਦਾਂ ਇੱਦਾਂ ਹੀ ਫਿਰ ਪੈਸੇ ਬਣਦੇ ਆ ਸਰਵਾਈਵਲ ਲਈ ਕਰਨਾ ਹੀ ਪੈਣਾ ਤੁਹਾਨੂੰ ਮਤਲਬ ਕੋਈ ਐਕਸਕਿਊਜ਼ ਨਹੀਂ ਇੱਥੇ ਬਸ ਯੂ ਵਰਸਸ ਯੂ ਆ ਹੋਰ ਕਿਸੇ ਦਾ ਕੋਈ ਉਹ ਮਤਲਬ ਵਿੱਚ ਰੋਲ ਨਹੀਂ ਹੈਗਾ ਹੈ ਨਾ ਨਹੀਂ ਕਰੋਗੇ ਤਾਂ ਸਰਵਾਈਵ ਨਹੀਂ ਕਰ ਪਾਉਣਾ ਸੋ ਇਹੀ ਚੀਜ਼ਾਂ ਆ ਸਾਰੀਆਂ ਬਾਕੀ ਹੁਣ ਮੈਂ ਇੱਥੇ ਜਿੱਥੇ ਰਾਈਡ ਲਾਈ ਆ ਮੈਲੋ ਪਾਰਕ ਪਾਲੋ ਆਲਟੋ ਲਾਗੇ ਇੱਥੇ ਹੁਣ ਮੈਂ ਵੇਟ ਕਰਨ ਡਿਆ ਕੋਈ ਰਾਈਡ ਪੈ ਜਾਵੇ ਅਤੇ ਫਿਰ ਚੱਲਦੇ ਹਾਂ ਬਾਕੀ ਵੇਖਦੇ ਹੁਣ ਕਿੱਦਾਂ ਦੀ ਰਾਈਡ ਪੈਂਦੀ ਆ ਅਤੇ ਫਿਰ ਉੱਥੋਂ ਆਪਾਂ ਵਲੋਗ ਕੰਟੀਨਿਊ ਕਰਾਂਗੇ ਸੋ ਗਾਈਸ ਉੱਥੇ ਮੈਨੂੰ ਜਿੱਥੇ ਮੈਂ ਰਾਈਡ ਲਾਈ ਸੀਗੀ ਮੈਲੋ ਪਾਰਕ ਉੱਥੇ ਮੈਨੂੰ ਕੋਈ ਰਾਈਡ ਨਹੀਂ ਪਈ ਅਤੇ ਫਿਰ ਉੱਥੋਂ ਮੈਂ ਥੋੜ੍ਹਾ ਜਿਹਾ ਮੂਵ ਹੋ ਕੇ ਇੱਧਰ ਪਾਲੋ ਆਲਟੋ ਵੱਲ ਆ ਗਿਆ ਅਤੇ ਪਾਲੋ ਆਲਟੋ 'ਚ ਮੈਨੂੰ ਰਾਈਡ ਪਈ ਆ ਇੱਥੇ ਹੁਣ ਪੈਕੇਜ ਦੀ ਜਿਹੜੀ ਕਨੈਕਟ ਵਾਲੀ ਰਾਈਡ ਹੁੰਦੀ ਹੈ ਜਿੱਦਾਂ ਤੁਸੀਂ ਪਹਿਲੇ ਮੇਰੇ ਪਿਛਲੇ ਵਲੋਗ 'ਚ ਵੇਖਿਆ ਹੋਣਾ ਹੈ ਨਾ ਵੀ ਕਨੈਕਟ ਵਾਲੀ ਰਾਈਡ ਵੀ ਹੁੰਦੀ ਆ ਅਤੇ ਮੈਨੂੰ ਕਨੈਕਟ ਵਾਲੀ ਰਾਈਡ ਪਈ ਆ ਅਤੇ ਹੁਣ ਮੈਂ ਉਹ 'ਚ ਪੈਕੇਜ ਹੁੰਦੇ ਆ ਜਿੱਦਾਂ ਡਿਲੀਵਰ ਕਰਨੇ ਹੁੰਦੇ ਤੁਸੀਂ ਅਤੇ ਉਹ ਪੈਕੇਜ ਹੁਣ ਮੈਂ ਇੱਥੇ ਚੱਕਣ ਆਇਆ ਵਾਂ ਬਾਹਰ ਲੋਕੇਸ਼ਨ 'ਤੇ ਅਤੇ ਬੰਦਾ ਕੋਈ ਆਉਂਦਾ ਆ ਆਪੇ ਫੜਾ ਕੇ ਜਾਊਗਾ ਹੁਣ ਪੈਕੇਜ ਅਤੇ ਫਿਰ ਮੈਂ ਉਹ ਪੈਕੇਜ ਲੈ ਕੇ ਜਾਣਾ ਆ ਬੈਲਮੌਂਟ ਸਿਟੀ ਬੈਲਮੌਂਟ ਸਿਟੀ ਹੈਗੀ ਇੱਥੋਂ ਅਬਾਊਟ 12 ਕੁ ਮਾਈਲ ਪਾਲੋ ਆਲਟੋ ਤੋਂ ਅਤੇ ਟੂਅਰਡ ਸੈਨ ਫਰਾਂਸਿਸਕੋ ਏਅਰਪੋਰਟ ਵੱਲ ਨੂੰ ਪੈਂਦੀ ਆ ਅਤੇ ਹੁਣ ਮੈਂ ਇੱਥੇ ਵੇਟ ਕਰਨੇ ਆ ਕਿ ਮੇਰਾ ਪੈਕੇਜ ਕੋਈ ਆ ਕੇ ਬਾਹਰ ਫੜਾ ਜਾਵੇ ਤੇ ਫਿਰ ਉੱਥੋਂ ਆਪਾਂ ਵਲੌਗ ਕੰਟੀਨਿਊ ਕਰਦੇ ਆ ਕਿਉਂਕਿ ਇਟਸ ਕਾਈਂਡ ਆਫ ਕ੍ਰੇਜ਼ੀ ਹੇਅਰ ਇਟ ਵਾਸ ਹਾਰਡ ਟੂ ਫਾਈਂਡ ਦ ਪਾਰਕਿੰਗ ਨੋ ਯੂ ਡੋਟ ਯੈਟ ਆਈ ਮੀਨ ਸ਼ੀ ਸ਼ੁਡ ਗਿਵ ਯੂ ਮਾਈ ਫੋਨ ਨੰਬਰ ਐਂਡ ਆਈ ਕੈਨ ਗੋ ਸ਼ੀ ਐਕਚੁਅਲੀ ਕਾਲਡ ਮੀ ਸ਼ੀ ਸੈਡ ਜਸਟ ਗੋ ਆਊਟਸਾਈਡ ਦ ਸਟੋਰ ਐਂਡ ਦੇ ਵਿਲ ਗਿਵ ਇਟ ਟੂ ਯੂ ਦੈਟਸ ਵਾਟ ਵੀ ਯੂਜ਼ਡ ਟੂ ਡੂ ਥੈਂਕ ਯੂ ਓਕੇ ਥੈਂਕ ਯੂ ਟੇਕ ਕੇਅਰ ਸੋ ਗਾਇਸ ਉਹ ਫੜਾ ਗਈ ਮੈਨੂੰ ਪੈਕੇਜ ਤੇ ਮੈਂ ਆ ਹੈਗਾ ਸਾਡਾ ਕਸਟਮਰ ਅੱਜ ਦਾ ਹੈਗਾ ਸਾਡਾ ਛੋਟਾ ਜਿਹਾ ਕਸਟਮਰ ਹੋਣੇ ਆਪਾਂ ਲੈ ਕੇ ਜਾਣਾ ਆ ਤੇ ਬੈਲਮੌਂਟ ਸੋ ਚੱਲਦਾ ਹੁਣ ਮੈਂ ਤੇ ਫਿਰ ਮਿਲਦੇ ਆ ਉੱਥੇ ਪਹੁੰਚ ਕੇ ਗਾਈਸ ਤੇ ਇਹਦੇ ਮੈਨੂੰ ਅਬਾਊਟ ਪੇਮੈਂਟ ਹੋਈ ਆ 13 ਡਾਲਰ ਸੋ 1 ਮਾਈਲ ਦਾ 1 ਡਾਲਰ ਮਿਲਿਆ ਆ ਸੋ ਹੁਣ ਮੈਂ ਚੱਲਦਾ ਹਾਂ ਸੋ ਫਿਰ ਉੱਥੋਂ ਆਪਾਂ ਵਲੌਗ ਕੰਟੀਨਿਊ ਕਰਾਂਗੇ ਤੇ ਇਹ ਵੀ ਗਾਈਸ ਇੱਕ ਪਲਾਜ਼ਾ ਆ ਉਰੇ ਪਾਲੋ ਆਲਟੋ 'ਚ ਤੇ ਇੱਥੇ ਸਭ ਰੈਸਟੋਰੈਂਟ ਆ ਆਲ ਦੁਆਲੇ ਵਾਕਿੰਗ ਕਰਨ ਵਾਲੇ ਬੜੇ ਆ ਯਾਰ ਉਰੇ
जो कोई ज्यादा नेड़े निकलता ना गड्डी टूटू टूटू करन लग जाती है। बहुत बिजी प्लाजा है उरे। देखो इधर सब रेस्टोरेंट्स ने ते ताही लोग ज्यादा भीड़ है उरे। पालो आल्टो च हैगा या ते टाइम हो गया 12:45 हो चुके हैं। काफ़ी छेती टाइम निकल जाता जो थोड़ा बैक टू बैक राइडा पैदा रही है ना तो फिर टाइम बहुत छेती निकल जाता है पता नहीं लगता दिहाड़ी किधर गई है। चलो हो गई ग्रीन मैं चलता हाँ। सो इधर भी रोड तो तुम वेख्या होना गाइस किन्ने जने खड़े थे ना तो सब मतलब उही रेस्टोरेंट जाने वाले थे तो ज़्यादातर स्टूडेंट है ना जेडे लागे स्कूल आ सो भी आते होने हैं। तो गाइस आ सिटी पालो आल्टो च हरियाली चेक करो किन्नी है और बूटा देखो तुम किन्ने आ जिहड़ा पैकेज मैं लैके आया सीगा पालो आल्टो तो वो मैं हुण इत्थे डिलीवर करता आ ते पहले कस्टमर बाहर खड़ा सीगा आके ते हुण मैनू नाल ही मैं लिफ्ट भी ऑन कीती ते मैनू लिफ्ट दी राइड पई है जिहड़ी जानी है सैन फ्रांसिस्को एयरपोर्ट दे लागे सो हुण मैं ओह राइड चक्कन लगा आ। लो वी गाइस जिहड़ी राइड मैं लैके आया सी उत्थों इत्थे हुण मैं लाती है सैन फ्रांसिस्को एयरपोर्ट दे लागे ही आ सो इत्थे हुण मैनू भुख लगी है सो मैं वेखदा इत्थे चपोटले हैगा आ ते सैलड जिहा मिल जांदा हेल्थी हुंदा आ सो हुण मैं इत्थे गड्डी ला ली आ सो हुण चलदा चपोटले दे उत्थों कुछ लैके आउणे आ खाण नूं। सो गाइस उत्थों मैं लिया चपोटले दे ते इत्थे ना सैलड सुलड भी मिल जांदा आ काफ़ी हेल्दी आ। सो गाइस हुण मैं खा लैंदा आ ते फिर क्योंकि खाना भी छेती छेती पैंदा आ कोई पता नहीं कदों कॉल पई नहीं कदों राइड पई नहीं फिर विच्चे छड्ड के भी कई वारी जाणा पैंदा आ सो इदां सिस्टम है यार की करिए है ना। सो गाइस उत्थों फिर मैनूं राइड पै गई सी चपोटले जिथे मैं खाने उत्थों मैनूं राइड पई सीगी एमरविले वाल दी ते जिथे बर्कली आ जिदा पिछली बार भी मैं गया सीगा उत्थे एमरविले हुण आ गया वा ते अबाउट $38 दी राइड सीगी ते ये $7 एक्स्ट्रा दे दिंदे आ उह दिंदे आ टोल दे भी थोनू टोल दे पैणे बट सानू आउंदे वक्त इधर नू टोल नहीं पैंदा सैन फ्रांसिस्को तो जदों एमरविले नू आओ उदों टोल नहीं पैंदा जदों एमरविले तो सैन फ्रांसिस्को सिटी वल नू सैन फ्रांसिस्को वल जाओ उदों टोल पैंदा है $7। सो हुण सानू $7 एक्स्ट्रा मिल गए अबाउट $45 सानू $45 की राइड पई है हुण। सो हुण मैं इत्थे जिथे खड़ा उत्थे ना समुंदर आ देखो तुहानू मैं दिखाउणा बाहर निकल के किन्ना घंट लगन दिया। सो इधर देखो गाइस किन्ना सोहना लगन दिया है ना समुंदर ते इधर हुण जूम करदे फिर तुहानू विखाउणे आ इधर दिखन दी सैन फ्रांसिस्को सिटी ते बे ब्रिज ते इधर हैगा या एमरविले सिटी ये सारी एमरविले सिटी है। तो हवा गाइस इत्थे बहुत चलन दी है ते इधर बे ब्रिज जान दी है सैन फ्रांसिस्को सिटी नूं। तो इधर ना गाइस काफ़ी ज़्यादा हवा चलन दी है ते मैं चलदा हुण ते वेखदे जो कोई राइड पैंदी है ते
सो इतने हम गाइस मैं वेट कर रहा तो राइड मैं फिर डेस्टिनेशन पाती है सैन फ्रांसिस्को एयरपोर्ट की तो वेखते हम किधर की राइड पैंती है तो फिर उत्थे चलते हैं तो हूँ मैं इतने वेट कर दें थोड़ी देर गाइस हूँ इस टाइम 3:20 हो चले आ सो गाइस उतों मैं राइड लैके जी एमरविले गया जिथे समुद्र जहा वेख्या होना है ना उतों मैं फिर डेस्टिनेशन मैं पाई सी राइड मैं मिल गई सैन फ्रांसिस्को एयरपोर्ट की वो सी अबाउट $20 की तो फिर उतों एयरपोर्ट तो नाल ही ऐड हो गई सनीवेल की राइड जो साढ़े सेंटा क्लारा के लागे पैंता है तो वह सी अबाउट $30 की तो $5 बंदा टिप पा गया अबाउट $35 की वो राइड पई सो अज वधिया दिहाड़ी बन गई है ना ज़्यादा टाइम वेट करने की लोड़ नहीं पई लगातार बैक टू बैक कॉल पैंती रही काम वधिया रहा सो हुण अबाउट टाइम चैक करो टाइम हो गया आ 5:25 सो 5:25 गाइस वज चुके आ तो मैं घर आ गया हूँ तो इतने हूँ मैं काम खत्म करता अज हम कल नू करांगे तेल मैं तुम दस दिना कि लगे है गड्डी का सवेरे गाइस जो आप शुरू किया 375 माइल रेंज हैगी तो हूँ अजे भी 103 माइल की रेंज हैगी चली कि गड्डी अपनी मैं दिखाना थोनों तुम देखो 236 माइल गड्डी चली है टोटल गाइस टिप भी अज काफ़ी मिली तो टिप टुप आ के अबाउट $325 मेरे अज बन गए सो लिफ्ट भी की बिचे तो ऊबर ऊबर से ज़्यादा बने आ लिफ्ट अबाउट $20 बने आ $15 का तेल अज लग गया होना वा तो $10 मैं अज उत्थे खादा सीगा अबाउट $25 खर्चा कढ़ दे अज का तो उ 300 डालर बच गया अज का तो जड़ा इंश्योरेंस होंगी है ज गी की किस्त होंगी तो चलो प महीने के हिसाब लावे बट अज का टोटल मैं इदा हिसाब लाया कि अबाउट $300 अज का बचा है सो इदा क बाकी खर्चे महीने जोड़े आते तो वह आते आते अगर वह क्डन लग जाओ फिर तो बहुत कुछ हो जाना बट उदा अगर एवरेज नैट थोड़ा मैं दसता कि अबाउट $300 अज की दिहाड़ी बच गई सो गाइस ये अज का व्लॉग होपफुली थोड़ा वधिया लगा होना जो वधिया लगा चैनल में सबसक्राइब जरूर कर लियो तो वीडियो लाइक कर दियो तो कमेंट्स करके दस्यो थोड़ा व्लॉग किवें लगा सो मिलते गाइस फिर अगले व्लॉग्स टिल देन टेक केयर बाय बाय।